आओ गुरुदेव प्यारे आओ बच्चे ने इतने लिटा दे बैठ जा जय तोड़ीता जय तोड़ीता वाहे गुरु वाहे नहीं भगत नहीं असी तन नहीं तन तन ता सोडी पातशाह ने इन्हां अगे सीस चुका के अपना जीवन सफला करो जय बाबा प्रभास सिंह जी जय बाबा प्रभास सिंह जी संत जी तुसी जैले दे पुत्र नू जीवन दान दे के सारे पिंड ते बहुत वड्डा उपकार कीता है असी सारे पिंड वाले एक समागम करके आपदा माण करांगे हाँ भाई हाँ हाँ गुरु दे प्यारियो असी ता उस सोडी पातशाह दे नमाणे जे दास हाँ साडा की माण है माण ता सोडी पातशाह दा है जे तुसी समागम करना ही चाहते हो तो परसों संगरांद सारे आ जाओ आप इतने बैठ के सच्चे सुडी पातशाह दे गुण गान करा ठीक है बाबा जी असी सारे आवांगे हाँ हाँ बाबा जी असी सारे आवांगे हाँ हाँ बाबा जी असी सारे आवांगे नहीं 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 कोई महापुरुष नहीं है वो पखंडी साध है पखंडी मैं ऐसे बैठ के सारे पेट दे कष्ट दूर कर रहे हैं वो बच्चा मेरी तांत्रिक शक्तियां दे नाल ठीक हो रहा है वो साथ साथ पिंड के लोगों को गुमराह कर रहे हैं कमो तुसी ते मेरे दो ही भगत हो सही बात है यार जी पिंड उठ जाओ लोगों नूं समझाओ कि जे उन्होंने पाशा तंत्र दी शक्तियां तो मुंह मोड़िया सारा पिंड बर्बाद हो जाएगा बर्बाद हो जाएगा जाओ जी महाराज शम काली पटनी डाला हो मान काला शम काली डाला सादा सादा तू इस पिंड दे विच पाशा तांत्रिक नू वंगारिया पाशा तांत्रिक दी शक्तियां नू चुनौती दित्ती है लोग पाशा तांत्रिक नूं रब वांगू पूजदे ने तू पाशा तांत्रिक दे सिंघासन नूं तोड़ाउण दी कोशिश कीती है तेनू सजा मिलेगी तेनू इस दी सजा मिलेगी चमकाली वटीट बटाला भूतम पिटम बाग बटाला आ 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
ਤੂੰ ਪਾਸ਼ਾ ਤਾਂਤਰਿਕ ਦੀਆਂ ਸ਼ਕਤੀਆਂ ਨੂੰ ਵਿਗਾੜਿਆ ਸੀ ਤੈਨੂੰ ਇਸ ਦੀ ਸਜ਼ਾ ਮਿਲੇਗੀ ਤੈਨੂੰ ਇਸ ਦੀ ਕੋਰ ਸਜ਼ਾ ਮਿਲੇਗੀ ਸ਼ੰਕਾਲੀ ਬਚਵੀ ਕੁਤਾਲਾ ਸੂਤਮ ਪ੍ਰਿਤਮ ਬਾਹਰ ਨਿਕਾਲਾ ਆਦਮ ਸ਼ਾਦਮ ਭੀਸ਼ਮ ਬਹੁ ਸ਼ਿਸ਼ਮ ਸ਼ੋ ਆਦਮ ਸ਼ਾਦਮ ਭੀਸ਼ਮ ਬਹੁ ਸ਼ਿਸ਼ਮ ਸ਼ੋ ਆਦਮ ਸ਼ਾਦਮ ਭੀਸ਼ਮ ਬੋ ਭੀਸ਼ਮ ਬੋ ਸ਼ਿਸ਼ਮ ਸ਼ੋ ਆਦਮ ਸ਼ਾਦਮ ਭੀਸ਼ਮ ਬੋ ਭੀਸ਼ਮ ਬੋ ਸ਼ਿਸ਼ਮ ਸ਼ੋ ਸ਼ੇਰ ਦਾ ਵਿਆਹ ਆ ਗਿਆ ਸਾਰੇ ਸ਼ੇਰ ਇਕੱਠੇ ਹੋ ਕੇ ਖੂਬ ਨੱਚਣ ਲੱਗੇ ਅਤੇ ਉਹਨਾਂ ਸ਼ੇਰਾਂ ਦੇ ਨਾਲ ਇੱਕ ਚੂਹਾ ਵੀ ਨੱਚਦਾ ਫਿਰੇ ਕਿਸੇ ਨੇ ਪੁੱਛਿਆ ਭਾਈ ਤੂੰ ਤਾਂ ਚੂਹਾ ਫਿਰ ਤੂੰ ਸ਼ੇਰਾਂ ਦੇ ਵਿੱਚ ਕਿਉਂ ਨੱਚੀ ਜਾਂਦਾ ਚੂਹੇ ਨੇ ਪਤਾ ਕੀ ਕਿਹਾ ਕੀ ਕਿਹਾ ਕਹਿੰਦਾ ਵਿਆਹ ਤੋਂ ਪਹਿਲਾਂ ਮੈਂ ਵੀ ਸ਼ੇਰ ਹੀ ਸੀ ਬਈ ਅੱਜ ਤਾਂ ਪਿੰਡ ਵਿੱਚ ਵਾਹਵਾ ਹਾਸਾ ਪੈ ਗਿਆ ਵਾਹਿਗੁਰੂ ਕਰੇ ਕੋਈ ਪਿੰਡ ਵਿੱਚ ਮੁਸੀਬਤ ਨਾ ਆਵੇ ਹੁਣ ਕੋਈ ਮੁਸੀਬਤ ਇਸ ਪਿੰਡ ਵਿੱਚ ਨਹੀਂ ਆ ਸਕਦੀ ਉਹ ਮਹਾਂਪੁਰਖ ਜੂ ਪਿੰਡ ਵਿੱਚ ਆ ਗਏ ਨੇ ਹਾਂ ਤਾਇਆ ਤੇਰੀ ਗੱਲ ਤੋਂ ਮੈਨੂੰ ਯਾਦ ਆਇਆ ਕੱਲ ਨੂੰ ਸੰਗਰਾਂਦ ਆ ਨਾ ਬਾਬਾ ਜੀ ਨੇ ਕਿਹਾ ਸੀ ਸੰਗਰਾਂਦ ਵਾਲੇ ਦਿਨ ਪਿੰਡ ਦੇ ਲੋਕ ਇਕੱਠੇ ਹੋ ਕੇ ਕੁਟੀਆ 'ਚ ਆਉਣ ਉੱਥੇ ਆਪਾਂ ਬਾਬਾ ਪ੍ਰਭਾਕ ਸਿੰਘ ਜੀ ਦੀ ਉਹਨਾਂ ਦਾ ਗੁਣਗਾਨ ਕਰਾਂਗੇ ਹਾਂ ਹਾਂ ਅਸੀਂ ਕੱਲ੍ਹ ਸਾਰੇ ਪਿੰਡ ਵਾਲੇ ਉੱਥੇ ਜਾਵਾਂਗੇ ਅਤੇ ਮਹਾਂਪੁਰਸ਼ਾਂ ਦੇ ਵਚਨ ਵੀ ਸੁਣਾਂਗੇ ਸਿੰਘ ਜਿਹੇ ਤੇਰੇ ਸੇਵਕਾਂ ਦੁਖੀਆਂ ਦੀ ਸੇਵ ਕਮਾਈ ਹੋਈ ਆ
ਸਿੰਘ ਜਿਹੇ ਤੇਰੇ ਸੇਵਕਾਂ ਦੁਖੀਆਂ ਦੀ ਸੇਵ ਕਮਾਈ ਹੋਈ ਆ ਉੱਚੀਆਂ ਪਹਾੜਾਂ ਵਿੱਚ ਰਹਿਣ ਵਾਲਿਆ ਸੰਗਤ ਦੁਆਰੇ ਤੇਰੇ ਆਈ ਹੋਈ ਆ ਉੱਚੀਆਂ ਪਹਾੜਾਂ ਵਿੱਚ ਰਹਿਣ ਵਾਲਿਆ ਸੰਗਤ ਦੁਆਰੇ ਤੇਰੇ ਆਈ ਹੋਈ ਆ ਸਤਿ ਸੰਗਤ ਜੀ, ਆਪ ਪਾਗਾਂ ਵਾਲੇ ਜੋ ਅੱਜ ਗੁਰੂ ਦੇ ਚਰਨੀ ਲੱਗ ਰਹੇ ਹੋ, ਬਾਬਾ ਜੀ ਫਰਮਾਉਂਦੇ ਨੇ ਕਿ ਇਨਸਾਨ ਨੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਦੂਸਰੇ ਲਈ ਟੋਹਾ ਪੁੱਟਣ ਵਾਲਾ ਆਖਰ ਆਪ ਹੀ ਟੋਏ 'ਚ ਟਿਕਦਾ ਹੈ। ਇਸ ਲਈ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਦੇ ਹੋਏ ਈਰਖਾ ਨਫ਼ਰਤ ਦਾ ਤਿਆਗ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕਰਨੀ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਆਪਣੇ ਸਾਰਾ ਜੀਵਨ ਲੋਕਾਂ ਦਾ ਭਲਾ ਹੀ ਕਰਦੇ ਰਹੇ। ਸੰਤ ਜੀ, ਸਾਨੂੰ ਬਾਬਾ ਜੀ ਦੇ ਜੀਵਨ ਬਾਰੇ ਵੀ ਕੁਝ ਚਾਨਣ ਪਾਓ। ਜ਼ਰੂਰ ਭਗਤੋ, ਜ਼ਰੂਰ। ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ 6ਵੇਂ ਪਾਤਸ਼ਾਹ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੰਸ਼ ਚੋਂ ਸੰਮਤ 1772 ਨੂੰ ਕਰਤਾਰਪੁਰ ਵਿਖੇ ਪਿਤਾ ਬਾਬਾ ਰਾਮ ਸਿੰਘ ਜੀ ਅਤੇ ਮਾਤਾ ਰਾਜ ਕੌਰ ਜੀ ਦੇ ਘਰ ਹੋਇਆ। ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਵਾਲੇ ਬਾਬਾ ਜੀ ਯੁਵਾ ਅਵਸਥਾ ਤੱਕ ਕਰਤਾਰਪੁਰ ਰਹੇ, ਪਰ ਪ੍ਰਭੂ ਸਿਮਰਨ ਕਰਨ ਲਈ, ਪੁੱਲੇ ਪਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ, ਉਹਨਾਂ ਦੇ ਕਸ਼ਟ ਦੂਰ ਕਰਨ ਲਈ ਬਾਬਾ ਜੀ ਪਹਾੜਾਂ 'ਚ ਮੈੜੀ ਪਿੰਡ ਆ ਗਏ। ਜਦ ਉੱਥੇ ਪਹੁੰਚੇ ਤਾਂ ਆਪ ਨੇ ਜੰਗਲ 'ਚ ਇੱਕ ਬੇਰੀ ਹੇਠ ਆਪਣਾ ਆਸਣ ਲਗਾ ਲਿਆ। ਉਹ ਬੇਰੀ ਨਾਰ ਸਿੰਘ ਵੀਰ ਦੀ ਸੀ। ਜਦੋਂ ਨਾਰ ਸਿੰਘ ਵੀਰ ਨੂੰ ਪਤਾ ਲੱਗਾ ਤਾਂ ਉਹ ਬੜਾ ਲਾਲ ਪੀਲਾ ਹੋਇਆ, ਔਰ ਉਹਨੇ ਆਪਣੇ ਭਰਾਵਾਂ ਨਾਲ ਰਲ ਕੇ ਬਾਬਾ ਜੀ ਨੂੰ ਬੇਰੀ ਥੱਲਿਓਂ ਉਠਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਰ ਸਿੰਘ ਨੂੰ ਪਿੰਜਰੇ 'ਚ ਕੈਦ ਕਰ ਲਿਆ। ਕਰਕੇ ਮੇਰ ਨਮਾਣੇ ਤੇ ਮੈਨੂੰ ਬਖਸ਼ ਮੇਰਿਆ ਸਾਈਆਂ, ਪਾਪੀ ਔਗਣਹਾਰਾ ਮੈਂ ਕੀਤੀਆਂ ਬੜੀ ਦੇਰ ਮੰਨ ਆਈਆਂ, ਪਾਪੀ ਔਗਣਹਾਰਾ ਮੈਂ ਕੀਤੀਆਂ ਬੜੀ ਦੇਰ ਮੰਨ ਆਈਆਂ। ਪਿਆਰੀ ਸਾਧ ਸੰਗਤ ਜੀ, ਬਾਬਾ ਵਡਭਾਗ ਸਿੰਘ ਜੀ ਫਰਮਾਉਂਦੇ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਪਾਪ ਜਿਹੜਾ ਪ੍ਰਭੂ ਦੀ ਸ਼ਰਨ 'ਚ ਆ ਜਾਂਦਾ ਹੈ ਉਹਦਾ ਡਰ ਭਉ ਖਤਮ ਹੋ ਜਾਂਦਾ ਹੈ, ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਜੇਕਰ ਤੁਸੀਂ ਸੱਚੇ ਮਨ ਨਾਲ ਸਤਿਗੁਰੂ ਦਾ ਜਾਪ ਕਰੋਗੇ ਤਾਂ ਕੋਈ ਤੁਹਾਡਾ ਕੁਛ ਨਹੀਂ ਵਿਗਾੜ ਸਕੇਗਾ, ਤੁਹਾਡਾ ਕੋਈ ਬੁਰਾ ਨਹੀਂ ਕਰ ਸਕੇਗਾ, ਕੋਈ ਤੁਹਾਨੂੰ ਡਰਾ ਨਹੀਂ ਸਕੇਗਾ, ਕੋਈ ਤੁਹਾਨੂੰ ਹਰਾ ਨਹੀਂ ਸਕੇਗਾ। ਹਰਾ ਸਕਦਾ ਹੈ ਬਾਦਸ਼ਾਹ ਤਾਂਤਰਿਕ, ਸਭ ਨੂੰ ਹਰਾ ਸਕਦਾ ਹੈ ਬਾਦਸ਼ਾਹ ਤਾਂਤਰਿਕ, ਆਪਣੇ ਕਾਲੇ ਇਲਮ ਤੇ ਆਪਣੀਆਂ ਸ਼ਕਤੀਆਂ ਦੇ ਨਾਲ ਸਭ ਨੂੰ ਹਰਾ ਸਕਦਾ ਹੈ, ਸਭ ਨੂੰ ਮਾਲਾਮਾਲ ਵੀ ਕਰ ਸਕਦਾ ਹੈ।
ਤੁਸੀਂ ਆਪਣੀ ਬਰਾਦਰੀ ਆਪਣੇ ਸ਼ਰੀਕੇ ਨੂੰ ਸਮਝਾਓ ਕਿ ਉਹ ਕੋਈ ਸਾਧ ਨਹੀਂ ਹੈ, ਕੋਈ ਮਹਾਂਪੁਰਖ ਨਹੀਂ ਹੈ, ਉਹ ਠੱਗ ਹੈ ਠੱਗ। ਉਸਨੂੰ ਪਿੰਡ ਤੋਂ ਬਾਹਰ ਕੱਢ ਦਿਓ। ਮਹਾਰਾਜ ਅਸੀਂ ਤਾਂ ਬੜਾ ਸਮਝਾਇਆ, ਪਿੰਡੋਂ ਬਾਹਰ ਕੱਢਣਾ ਤਾਂ ਦੂਰ, ਪਿੰਡ ਵਾਲੇ ਤਾਂ ਉਹਦੇ ਖਿਲਾਫ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ। ਠੀਕ ਹੈ, ਮੈਂ ਤੁਹਾਡੇ ਨਾਲ ਚੱਲਦਾ, ਮੈਂ ਤੁਹਾਡੇ ਨਾਲ ਚੱਲਦਾ। ਚੁੱਕ ਲਓ ਆਪਣੀਆਂ ਡਾਂਗਾ, ਅੱਜ ਇਸ ਗੱਲ ਦਾ ਹੋ ਕੇ ਰਹੇਗਾ। ਪਾਸ਼ਾ ਤਾਂਤਰੀ ਕੀ ਪਾਸ਼ਾ ਤਾਂਤਰੀ ਕੀ। ਗੁਰੂ ਦੇ ਪਿਆਰਿਓ, ਗੁਰਬਾਣੀ ਚ ਆਖਿਆ ਹੈ, ਝੂਠ ਪਾਪ ਅਪਰਾਧ ਜੋ ਆਦ ਅਤਿਆਚਾਰ, ਇਹ ਸਭ ਨੇ ਮਿਲ ਜਗਤ ਮੈਂ ਕੀਤਾ ਅੰਧ ਗੁਬਾਰ। ਪਾਪ ਝੂਠ ਪਾਪ ਕਪ, ਇਹਨਾਂ ਸਾਰਿਆਂ ਨੇ ਰਲ ਕੇ ਸੰਸਾਰ 'ਚ ਘੋਰ ਪਾਪਾਂ ਦਾ ਹਨੇਰਾ ਕਰ ਦਿੱਤਾ ਹੈ। ਨਿਕਲ ਬਾਹਰ, ਪਖੰਡੀ ਸਾਦਾ ਬਹੁਤ ਗੁੰਮਰਾਹ ਕਰ ਲਿਆ ਤੂੰ ਪੋਲੇ ਪਾਲੇ ਪਿੰਡ ਦੇ ਲੋਕਾਂ ਨੂੰ। ਹੁਣ ਆਪਣਾ ਬੋਰੀਆ ਬਿਸਤਰਾ ਚੁੱਕ ਤੇ ਦਫਾ ਹੋ ਜਾ ਇੱਥੋਂ। ਜਾ ਬਖਤੋ। ਹਾਂ ਹਾਂ, ਹੁਣ ਇਸ ਪਿੰਡ ਵਿੱਚ ਨਹੀਂ ਰਹਿ ਸਕਦਾ। ਸੰਤ ਜੀ ਇੱਥੋਂ ਨਹੀਂ ਜਾਣਗੇ, ਅਸੀਂ ਇਹਨਾਂ ਦੇ ਨਾਲ ਹਾਂ। ਹਾਂ ਜੀ, ਸਾਰੇ ਇਹਨਾਂ ਨਾਲ ਹਾਂ। ਬੀਕਮ ਬੋਸ ਕਮ ਫੋ ਬਖਤੋ, ਤੁਹਾਡਾ ਸ਼ਰੀਕਾ ਤੁਹਾਡੀ ਬਰਾਦਰੀ ਤੁਹਾਡੇ ਵਿਰੁੱਧ ਹੋ ਗਈ, ਧਰਮ ਯੁੱਧ ਛੱਡ ਪਿਆ ਹੈ। ਇਸ ਧਰਮ ਯੁੱਧ ਦੇ ਵਿੱਚ ਮੁਕਾਬਲਾ ਕਰਕੇ ਇਸ ਪਖੰਡੀ ਨੂੰ ਇੱਥੇ ਪੁਜਾਇਆ ਜਾ ਸਕਦਾ ਹੈ। ਸੋ ਚੁੱਕ ਲਓ ਆਪਣੇ ਸ਼ਾਸਤਰ, ਉਠਾ ਲਓ ਆਪਣੀਆਂ ਡਾਂਗਾਂ ਤੇ ਵਿਖਾ ਜਾ ਆਪਣੀ ਸ਼ਕਤੀ। ਨਹੀਂ ਪੱਲੇ ਲੋਕੋ, ਨਹੀਂ ਲੜਨਾ ਧਰਮ ਦੇ ਖਿਲਾਫ ਹੈ। ਕੋਈ ਵੀ ਧਰਮ, ਕੋਈ ਵੀ ਮਜ਼ਹਬ ਇਨਸਾਨ ਨੂੰ ਲੜਨ, ਪਸਾਦ ਕਰਨ, ਅੱਤਵਾਦ ਫੈਲਾਉਣ ਲਈ ਨਹੀਂ ਕਹਿੰਦਾ। ਹਰ ਧਰਮ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨ, ਮਨੁੱਖਤਾ ਦੀ ਸੇਵਾ ਕਰਨ ਲਈ ਕਹਿੰਦਾ। ਇਕੱਠੇ ਰਲ ਕੇ ਦੇਸ਼ ਅਤੇ ਕੌਮ ਨੂੰ ਤਰੱਕੀ ਵੱਲ ਲੈ ਜਾਣ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਲੜਨਾ ਬਿਲਕੁਲ ਨਹੀਂ ਚਾਹੀਦਾ। ਜੇਕਰ ਲੜਨਾ ਹੀ ਆ ਤਾਂ ਸ਼ਰੀਕੇਦਾਰਾਂ ਨਾਲ ਰਲ ਕੇ ਦੇਸ਼ ਕੌਮ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨਾਲ ਲੜੋ। ਬਾਬਾ ਜੀ ਸਾਨੂੰ ਮਾਫ ਕਰ ਦਿਓ, 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 ਬਾਬਾ ਜੀ ਉੱਠੋ ਪਲੇ ਲੋਕੋ, ਉੱਠੋ। ਆਪਣੇ ਭਰਾਵਾਂ ਦੇ ਗਲੇ ਮਿਲੋ, ਇਹੀ ਸਭ ਤੋਂ ਵੱਡੀ ਮੁਆਫੀ ਹੈ। ਬਾਬਾ ਜੀ ਤੁਸੀਂ ਪਿੰਡ ਵਾਲਿਆਂ ਨੂੰ ਦੁਬਾਰਾ ਤੋਂ ਫਿਰ ਇਕੱਠੇ ਕਰ ਦਿੱਤਾ। ਆਓ ਭਰਾਵੋ, ਇਸ ਇਨਸਾਨੀਅਤ ਦੇ ਦੁਸ਼ਮਣ ਨੂੰ ਵੀ ਸੌਖਸ ਕਰ ਦਈਏ। ਨਹੀਂ ਪੱਲੇ ਲੋਕੋ, ਨਹੀਂ ਨਹੀਂ। ਬਾਬਾ ਜੀ ਕੀ ਹੁਕਮ ਹੈ ਸਾਡੇ ਲਈ? ਭਲੇ ਲੋਕੋ, ਅਸੀਂ ਚਾਹੁੰਦੇ ਹਾਂ ਕਿਉਂ ਦੀ ਪੁੰਨਿਆ ਨੂੰ ਇਸ ਪਿੰਡ 'ਚੋਂ ਸੰਗ ਲੈ ਕੇ ਮੈੜੀ ਸਾਹਿਬ
ਬਾਬਾ ਵਡਪਾਕ ਸਿੰਘ ਜੀ ਦੀ ਡੇਰੇ ਜਾਈਏ ਤਾਂ ਕਿ ਪਿੰਡ ਦਾ ਹਰ ਨਿਵਾਸੀ ਉੱਥੇ ਧੌਲੀ ਧਾਰ ਹੇਠ ਇਸ਼ਨਾਨ ਕਰਕੇ ਦਰਬਾਰ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਲਵੇ। ਧੰਨ ਧੰਨ ਬਾਬਾ ਵਡਪਾਕ ਸਿੰਘ ਜੀ। ਉਨਿਆਂ ਤੇ ਡੇਰੇ ਨੂੰ ਸੰਗ ਜਾ ਪੁੰਨਿਆ ਤੇ ਡੇਰੇ ਨੂੰ ਸੰਗ ਜਾ ਰਿਹਾ ਹੈ ਸੰਗ ਜਾਏਗਾ ਪਰ ਸੰਗ ਪਹੁੰਚੇਗਾ ਨਹੀਂ ਸੰਗ ਪਹੁੰਚੇਗਾ ਨਹੀਂ ਸੰਗ ਪੁੰਨਿਆ ਤੇ ਡੇਰੇ ਨੂੰ ਨਹੀਂ ਪਹੁੰਚ ਸਕਦਾ ਪਾਸ਼ਾ ਤਾਂਤਰਿਕ ਦੇ ਨਾਲ ਸਾਰੇ ਪਿੰਡ ਨੂੰ ਦੁਸ਼ਮਣੀ ਭੁਗਤਣੀ ਪਏਗੀ ਸਾਰੇ ਪਿੰਡ ਨੂੰ ਦੁਸ਼ਮਣੀ ਭੁਗਤਣੀ ਪਏਗੀ
अवतार शम काली बटबीट बिटाला भूतम प्रेतम बाहर निकाला आदम शादम बीकम बो जी कम छो सादा तू पाशे दी संगत नु अपने नार ला के पाशे नु मंगा रहा है ते तुसी बेवकूफ लोको ए साधे ना रल के तांत्रिक पाशे दी शक्तियां नु वंगा रहा है हुन हुन बाजी पाशा तांत्रिक दे हाथ विच है तुहानू इस दी सजा भुगतनी पेगी हाँ पर उस तो पहला तुहाडा ए खैर खास साधु इस पाशा तांत्रिक दे अगे सिर निवाएगा सिर निवा के बोलेगा पाशा दी जय बोल पाशा दी जय बोल बोल पाशा दी जय ऐ नादान इंसान सिर तो उस सच्चे पातशाह अगे झुकाया जांदा है ते जय बाबा वड़पाक सिंह जी दी तन तन बाबा वड़पाक सिंह जी तन तन बाबा वड़पाक सिंह जी नहीं 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 पाशा दी जय तन तन बाबा वड़पाक सिंह जी तन तन बाबा वड़पाक सिंह जी तन तन बाबा वड़पाक सिंह जी नहीं मारो नालो ਸੋਢੀ ਪਾਤਸ਼ਾਹ ਤਨ ਤਨ ਬਾਬਾ ਵਡਪਾਕ ਸਿੰਘ ਜੀ ਇਸ ਵੇਲੇ ਸੰਗਤ ਡਾਢੀ ਮੁਸੀਬਤ ਵਿੱਚ ਇਸ ਦਾਸ ਨੂੰ ਆਗਿਆ ਬਖਸ਼ੋ ਮੈਂ ਸੰਗਤ ਦੀ ਰੱਖਿਆ ਕਰ ਸਕਾਂ ਤਨ ਤਨ ਬਾਬਾ ਵਡਪਾਕ ਸਿੰਘ ਜੀ Thank you.
ਤਨ ਤਨ ਬਾਬਾ ਵਡਭਾਗ ਸਿੰਘ ਜੀ, ਤਨ ਤਨ ਬਾਬਾ ਵਡਭਾਗ ਸਿੰਘ ਜੀ। ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਵਡਭਾਗ ਸਿੰਘ ਜੀ। ਬਾਬਾ ਜੀ ਬਾਬਾ ਜੀ ਬਾਬਾ ਜੀ ਸਾਨੂੰ ਬਚਾਓ, ਬਾਬਾ ਜੀ ਸਾਨੂੰ ਬਚਾ ਲਓ, ਬਾਬਾ ਜੀ ਸਾਰੇ ਬਸਾਤ ਦੀ ਛੜ ਇਹੋ ਹੀ ਹੈ। ਮਾਫ ਕਰ ਦਿਓ ਬਾਬਾ ਜੀ, ਮਾਫ ਕਰ ਦਿਓ ਸਾਨੂੰ, ਮੇਰੇ ਕੋਲੋਂ ਬਹੁਤ ਫੁੱਲਾਂ ਹੋਈਆਂ ਨੇ ਬਾਬਾ ਜੀ, ਬਹੁਤ ਫੁੱਲਾਂ ਹੋਈਆਂ ਨੇ। ਭਗਤੋ ਪਹਿਲਾਂ ਬੋਲੋ, ਤਨ ਤਨ ਬਾਬਾ ਵਡਭਾਗ ਸਿੰਘ ਜੀ, ਤਨ ਤਨ ਬਾਬਾ ਵਡਭਾਗ ਸਿੰਘ ਜੀ, ਤਨ ਤਨ ਬਾਬਾ ਵਡਭਾਗ ਸਿੰਘ ਜੀ, ਤਨ ਤਨ ਬਾਬਾ ਵਡਭਾਗ ਸਿੰਘ ਜੀ। ਭਗਤੋ ਚਲੋ ਆਓ ਬਾਬਾ ਜੀ ਦੇ ਦਰਬਾਰ ਚੱਲੀਏ, ਉੱਥੇ ਦਰਸ਼ਨ ਕਰਕੇ ਦਰਬਾਰ ਦੇ ਆਪਣਾ ਜੀਵਨ ਸਫਲਾ ਕਰੀਏ। ਆਓ ਭਗਤੋ ਆਓ।